ਤਿਉਹਾਰ ਦੇ ਦਿਨ ਚੱਲ ਰਹੇ ਨੇ, ਬੇਅੰਤ ਸੰਗਤਾਂ ਜਿਹੜੀਆਂ ਨੇ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਆ ਰਹੀਆਂ ਨੇ, ਪਰਿਵਾਰਾਂ ਸਮੇਤ ਦਰਸ਼ਨ ਕਰਕੇ ਜਾ ਵੀ ਰਹੀਆਂ ਨੇ। ਅਸੀਂ ਹਰ ਸਾਲ ਦੇਖਦੇ ਹਾਂ ਕਿ ਕਿਵੇਂ ਇੱਥੇ ਸੰਗਤਾਂ ਵੱਡੀ ਗਿਣਤੀ ਪਹੁੰਚਦੀਆਂ ਨੇ, ਔਰ ਇੰਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ, ਕਿਉਂਕਿ ਖੁਸ਼ੀਆਂ ਦਾ ਤਿਉਹਾਰ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮੁਹੱਲਾ ਚੱਲ ਰਿਹਾ, ਰੌਣਕਾਂ ਲੱਗੀਆਂ ਨੇ, ਲੱਖਾਂ ਦੀ ਗਿਣਤੀ ਸੰਗਤ ਦੁਨੀਆ ਭਰ ਦੇ ਵਿੱਚੋਂ ਪਹੁੰਚੀ ਹੋਈ ਹੈ। ਜਦੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਤਾਂ ਉਹਦੇ ਲਈ ਅਨੇਕਾਂ ਪ੍ਰਬੰਧ ਕਰਨੇ ਪੈਂਦੇ ਨੇ, ਉਹਨਾਂ ਦੇ ਲਈ ਰਹਿਸ਼ੀ ਸਰਾਵਾਂ ਦਾ ਪ੍ਰਬੰਧ ਕਰਨਾ ਪੈਂਦਾ, ਉਹਨਾਂ ਦੇ ਲਈ ਲੰਗਰਾਂ ਦਾ ਪ੍ਰਬੰਧ ਕਰਨਾ ਪੈਂਦਾ। ਤਾਂ ਅਜਿਹੇ ਪ੍ਰਬੰਧਾਂ ਦੇ ਵਿੱਚ ਇੱਕ ਵੱਡੀ ਸੇਵਾ ਨਿਭਾ ਰਹੇ ਨੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਇਸ ਵੇਲੇ ਸਾਡੇ ਨਾਲ ਨੇ ਬਾਬਾ ਜੀ। ਔਰ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਇੱਥੇ ਕਿਸ ਤਰ੍ਹਾਂ ਸੇਵਾ ਚੱਲ ਰਹੀ ਹੈ, ਔਰ ਇੱਕ ਸਰਾਂ ਅਸੀਂ ਬਾਬਾ ਜੀ ਦਰਸ਼ਨ ਕਰ ਰਹੇ ਸੀਗੇ, ਜਦੋਂ ਅਸੀਂ ਪਹਿਲਾਂ ਆਉਂਦੇ ਸੀਗੇ ਤਾਂ ਸਰਾਂ ਬਣ ਰਹੀ ਹੁੰਦੀ ਸੀ, ਹਾਲੇ ਵੀ ਕੰਮ ਚੱਲ ਰਿਹਾ ਔਰ ਕਾਫੀ ਹਿੱਸਾ ਉਹਦਾ ਜਿਹੜਾ ਹੈਗਾ ਪੂਰਾ ਵੀ ਹੋ ਚੁੱਕਿਆ। ਕੀ ਉਹ ਸਰਾਂ ਦਾ ਟੀਚਾ ਔਰ ਕਿਸ ਲੈਵਲ ਤੇ ਉਹ ਸਰਾਂ ਜਿਹੜੀ ਹੈਗੀ ਤਿਆਰ ਹੋ ਚੁੱਕੀ ਹੈ, ਕਿੰਨੀ ਕੁ ਸੰਗਤ ਨੂੰ ਜਿਹੜਾ ਹੈਗਾ ਉੱਥੇ ਸਹੂਲਤਾਂ ਮਿਲ ਜਾਣਗੀਆਂ? ਮੈਂ ਸਾਰੀਆਂ ਸੰਗਤਾਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਲੀ ਇੰਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਇਹ ਤਿਉਹਾਰ ਹੋਲੇ ਮਹੱਲੇ ਦਾ ਪਾਵਨ ਪਵਿੱਤਰ ਤਿਉਹਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਗੁਰੂ ਸਾਹਿਬਾਨਾਂ ਤੋਂ ਲੈ ਕੇ ਪੁਰਾਤਨ ਸਮਿਆਂ ਤੋਂ ਲੈ ਕੇ ਅੱਜ ਤੱਕ ਜਿਹੜੀਆਂ ਸਮੁੱਚੀਆਂ ਸਿੱਖ ਸੰਗਤਾਂ ਨੇ ਇਹਨੂੰ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੀਆਂ ਆ ਰਹੀਆਂ ਨੇ। ਅਤੇ ਅੱਜ ਵੀ ਤਿਉਹਾਰ ਦੇ ਦਿਨ ਚੱਲ ਰਹੇ ਨੇ, ਬੇਅੰਤ ਸੰਗਤਾਂ ਜਿਹੜੀਆਂ ਨੇ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਆ ਰਹੀਆਂ ਨੇ, ਪਰਿਵਾਰਾਂ ਸਮੇਤ ਦਰਸ਼ਨ ਕਰਕੇ ਜਾ ਵੀ ਰਹੀਆਂ ਨੇ। ਅਤੇ ਇਸ ਪਵਿੱਤਰ ਤਿਉਹਾਰ 'ਤੇ, ਹੋਲੇ ਮੁਹੱਲੇ ਦੇ ਦਿਹਾੜੇ 'ਤੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ 10-15 ਦਿਨਾਂ ਦੇ ਵਿੱਚ ਜਿਹੜਾ ਸ਼ਰਧਾਲੂ ਆ, ਜਿਹੜਾ ਯਾਤਰੂ ਆ, ਉਹ ਦੇਸ਼ ਤੋਂ ਵੀ ਅਤੇ ਬਾਹਰ ਵਿਦੇਸ਼ਾਂ ਤੋਂ ਵੀ ਆਉਂਦਾ ਵਾ ਦਰਸ਼ਨ ਮੇਲੇ ਕਰਕੇ ਅਤੇ ਵਾਪਸ ਚਲਾ ਜਾਂਦਾ। ਸੰਗਤਾਂ ਜਿਹੜੀਆਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ, ਕੁਛ ਰੁਕਦੀਆਂ ਨੇ, ਕੁਛ ਆ ਕੇ ਸੇਮ ਡੇ ਦੇ ਵਿੱਚ ਹੀ ਵਾਪਸ ਚਲੀਆਂ ਜਾਂਦੀਆਂ ਨੇ। ਫਿਰ ਗੁਰੂ ਦੀ ਕਿਰਪਾ ਦੇ ਨਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਿਹਰ ਦਾ ਸਦਕਾ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ, ਸਿੱਖ ਸੰਪਰਦਾਵਾਂ ਨੇ ਜਿਹੜੀਆਂ ਸੰਗਤਾਂ ਦੇ ਵਿੱਚ ਵਿਚਰ ਕੇ ਗੁਰੂ ਸੰਗਤਾਂ ਦੀ ਸੇਵਾਵਾਂ ਕਰਦੀਆਂ ਨੇ ਆਪਣੇ ਆਪਣੇ ਢੰਗ ਨਾਲ, ਆਪਣੇ ਆਪਣੇ ਤਰੀਕੇ ਦੇ ਨਾਲ, ਉਹ ਸਾਰੀਆਂ ਸੰਪਰਦਾਵਾਂ ਜਿਹੜੀਆਂ ਨੇ ਇਸ ਪਾਵਨ ਤਿਉਹਾਰ 'ਤੇ ਆ ਕੇ ਲੰਗਰ ਵੀ ਲਾਉਂਦੀਆਂ ਨੇ ਅਤੇ ਸੰਗਤਾਂ ਦੀ ਰਿਹਾਇਸ਼ ਦਾ ਪ੍ਰਬੰਧ ਵੀ ਕਰਦੀਆਂ। ਜਿੱਥੇ ਸੰਪਰਦਾਵਾਂ, ਜਥੇਬੰਦੀਆਂ, ਸੰਸਥਾਵਾਂ ਜਾਂ ਸਭਾ ਸੁਸਾਇਟੀਆਂ ਇਸ ਪਾਵਨ ਤਿਉਹਾਰ ਦੇ ਵਿੱਚ ਆਪਣਾ ਯੋਗਦਾਨ ਪਾਉਂਦੀਆਂ, ਉੱਥੇ ਲੰਮੇ ਅਤੇ ਪੁਰਾਤਨ ਸਮੇਂ ਤੋਂ ਲੈ ਕੇ ਪਿੰਡਾਂ ਦੇ ਲੋਕ ਵੀ ਸੰਗਤਾਂ ਜਿਹੜੀਆਂ ਆਪਣੇ ਨਗਰਾਂ ਦੇ ਵਿੱਚ ਉਗਰਾਹੀ ਕਰਕੇ ਰਾਸ਼ਨ ਲੈ ਕੇ ਟਰੈਕਟਰਾਂ ਟਰਾਲੀਆਂ 'ਤੇ ਆ ਕੇ ਅਤੇ ਇੱਥੇ ਜਗ੍ਹਾ ਲੈ ਕੇ ਅਤੇ ਉਹ ਵੀ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਵਾਸਤੇ ਬੜਾ ਸੋਹਣਾ ਅਤੇ ਵਧੀਆ ਪ੍ਰਬੰਧ ਕਰਦੇ ਨੇ ਅਤੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਨੇ। ਇਸੇ ਤਰ੍ਹਾਂ ਜਿਹੜੀ ਸਾਡੀ ਸਤਿਕਾਰਯੋਗ ਸੰਸਥਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਵੱਲੋਂ ਵੀ ਵੱਡੇ ਪ੍ਰਬੰਧ
ਸੰਗਤਾਂ ਦੀ ਸੇਵਾ ਵਾਸਤੇ ਜਿਹੜੇ ਆ ਕੀਤੇ ਜਾਂਦੇ ਆ, ਚਾਹੇ ਉਹ ਰਹਿਸ਼ ਦੇ ਕਹਿ ਲਿਆ ਜਾਣ, ਚਾਹੇ ਉਹ ਸੰਗਤਾਂ ਨੂੰ ਸੰਭਾਲਣ ਦੇ ਗੁਰੂ ਲੰਗਰਾਂ ਦੇ ਆ, ਇਹਦੇ ਨਾਲ ਨਾਲ ਜਿਹੜਾ ਸਾਡਾ ਇੱਥੋਂ ਦਾ ਪ੍ਰਸ਼ਾਸਨ ਆ, ਡੀਸੀ ਸਾਹਿਬ ਨੇ ਜਾਂ ਪੁਲਿਸ ਕਪਤਾਨ ਨੇ, ਉਹ ਵੀ ਸਾਰੇ ਜਿਹੜੇ ਨੇ ਬੜੇ ਚੰਗੇ ਤਰੀਕੇ ਦੇ ਨਾਲ ਮੇਲੇ ਤੋਂ ਪਹਿਲਾਂ, ਮੇਲੇ ਦੇ ਵਿੱਚ, ਮੇਲੇ ਤੋਂ ਬਾਅਦ ਵੀ ਆਈਆਂ ਹੋਈਆਂ ਸੰਗਤਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਉਹਨੂੰ ਵਿਵਹਾਰ ਕਰਦੇ ਨੇ, ਬਹੁਤ ਸੋਹਣਾ ਉਹਨਾਂ ਨੂੰ ਕੋਪਰੇਟ ਕਰਦੇ ਨੇ ਤਾਂ ਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਜਿੱਥੇ ਬਾਕੀ ਸਾਰਿਆਂ ਵੱਲੋਂ ਯੋਗਦਾਨ ਪਾਏ ਜਾਂਦੇ ਨੇ, ਉੱਥੇ ਸਿੱਖ ਸੰਗਤਾਂ ਦੀ ਸੇਵਾ ਵਾਸਤੇ ਗੁਰੂ ਘਰ ਦੇ ਸੇਵਾਦਾਰ ਸੰਪਰਦਾਕਾਰ ਸੇਵਾ ਬਾਬੇ ਭੂਰੀ ਵਾਲਿਆਂ ਵੱਲੋਂ ਵੀ ਗੁਰੂ ਦੀ ਕਿਰਪਾ, ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼ ਦੇ ਨਾਲ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਿਛਲੇ ਸਮੇਂ ਤੋਂ ਇੱਕ ਯਾਤਰੀ ਨਿਵਾਸ ਬਣ ਰਿਹਾ ਜਿਹਦਾ 500 ਕਮਰਾ ਬਣਨਾ, ਕੋਈ ਕਾਰਨਾਂ ਕਰਕੇ ਉਹ 2-3 ਸਾਲ ਕੰਮ ਰੁਕਿਆ ਰਿਹਾ, ਹੁਣ ਐਰਕੀ ਪਹਿਲਾਂ 40 ਤੋਂ 45 ਕਮਰੇ ਜਿਹੜੇ ਆ ਬਣਾ ਕੇ ਸੰਗਤਾਂ ਦੀ ਸੇਵਾ 'ਚ ਹਾਜ਼ਰ ਕਰ ਦਿੱਤੇ ਆ, ਹਰ ਸਾਲ 40-50 ਕਮਰੇ ਬਣ ਜਾ ਕਰਨਗੇ ਅਤੇ ਇਹਦੇ ਵਿੱਚ 500 ਕਮਰਾ ਬਣਨਾ ਯਾਤਰੂਆਂ ਦੇ ਠਹਿਰਨ ਵਾਸਤੇ। ਇਹ ਤਾਂ ਸਰਾਂ ਦਾ ਕਾਰਜ ਹੈ ਅਤੇ ਹੋਲੇ ਮੁਹੱਲੇ ਦੇ ਦਿਨਾਂ ਦੇ ਵਿੱਚ 20-25-30 ਮਹੀਨੇ ਵਾਸਤੇ ਜਿਹੜਾ ਵਾ ਸੰਗਤਾਂ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਗੁਰੂ ਕੇ ਲੰਗਰਾਂ ਦੀ ਸੇਵਾ ਦਾ ਵੀ ਜਿਹੜਾ ਵਾ ਉਹ ਪ੍ਰਬੰਧ ਕੀਤਾ ਜਾਂਦਾ। ਸੋ ਸੰਗਤਾਂ ਆਉਂਦੀਆਂ ਨੇ, ਦਰਸ਼ਨ ਦਿਦਾਰੇ ਕਰਦੀਆਂ ਨੇ, ਗੁਰੂ ਕੇ ਲੰਗਰਾਂ ਦੇ ਵਿੱਚ ਉਹ ਲੰਗਰ ਛਕਦੀਆਂ ਨੇ, ਸਤਿਗੁਰਾਂ ਕੋਲੋਂ ਖੁਸ਼ੀਆਂ ਲੈ ਕੇ ਆਉਂਦੇ ਨੇ ਅਤੇ ਘਰਾਂ ਨੂੰ ਚਲੇ ਜਾਂਦੇ ਨੇ, ਮੱਥਾ ਟੇਕ ਕੇ ਸੰਗਤ ਕਰਕੇ ਮੇਲਾ ਵੇਖ ਕੇ। ਦਾਸ ਇਸ ਪਾਵਨ ਪਵਿੱਤਰ ਦਿਹਾੜੇ ਦੀ ਸਮੁੱਚੀਆਂ ਹੀ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਬਹੁਤ ਮੈਂ ਦਾਸ ਵਧਾਈ ਦਿੰਦਾ ਅਤੇ ਸਤਿਗੁਰਾਂ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ ਕਿ ਜੋ ਸੰਗਤਾਂ ਆਈਆਂ ਉਹਨਾਂ ਦੀ ਹਾਜ਼ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਦਰ ਦੇ ਵਿੱਚ, ਆਪਣੇ ਘਰ ਦੇ ਵਿੱਚ ਕੇਸਗੜ੍ਹ ਸਾਹਿਬ ਮਹਾਰਾਜ ਹਾਜ਼ਰੀ ਪ੍ਰਵਾਨ ਕਰਨ, ਪਰਿਵਾਰਾਂ ਵਿੱਚ ਸੁੱਖ ਹੋਵੇ, ਸ਼ਾਂਤੀ ਹੋਵੇ, ਖੁਸ਼ੀਆਂ ਹੋਣ, ਸੇਵਾ ਸਿਮਰਨ ਦੀ ਦਾਤ ਗੁਰੂ ਸਾਹਿਬ ਨੂੰ ਬਖਸ਼ਿਸ਼ ਕਰੇ। ਜਿਸ ਤਰ੍ਹਾਂ ਐਰਕੀ ਆਏ ਨੇ ਇਸੇ ਤਰ੍ਹਾਂ ਉਹਨਾਂ ਦਾ ਅਗਲਾ ਸਾਲ ਸੁੱਖਾਂ ਵਾਲਾ ਹੋਵੇ ਅਤੇ ਫਿਰ ਪਰਿਵਾਰਾਂ ਦੇ ਨਾਲ, ਬੱਚਿਆਂ ਦੇ ਨਾਲ ਮੱਥਾ ਟੇਕਣ ਆਉਣ, ਹੋਲੇ ਮੁਹੱਲੇ ਦੀਆਂ ਰੌਣਕਾਂ ਨੂੰ ਵਧਾਉਣ, ਹੋਲੇ ਮੁਹੱਲੇ ਗੁਰੂ ਦੇ ਦਰਸ਼ਨ ਕਰਨ, ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕਰਨ। ਇਹ ਮੈਂ ਸਤਿਗੁਰਾਂ ਦੇ ਚਰਨਾਂ ਕਮਲਾਂ 'ਚ ਅਰਦਾਸ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸੇਵਾ ਜਿਸ ਤਰ੍ਹਾਂ ਕਹਿੰਦੇ ਨੇ ਕਿ ਗੁਰੂ ਦੀ ਸੰਗਤ ਗੁਰੂ ਆਪਣੇ ਸੇਵਾਦਾਰਾਂ ਦੇ ਰਾਹੀਂ ਇਹ ਸੇਵਾ ਬਖਸ਼ਦੀ ਆ, ਤਾਂ ਇਹ ਤੁਸੀਂ ਦੇਖ ਰਹੇ ਹੋ ਕਿ ਇੱਥੇ ਬਾਬਾ ਸੁਖਮੀਤ ਸਿੰਘ ਜੀ ਪੂਰੀ ਵਾਲਿਆਂ ਦਾ ਦੇਖੋ ਲੰਗਰ ਚੱਲ ਰਿਹਾ, ਵੱਡੀ ਗਿਣਤੀ ਵਿੱਚ ਸੰਗਤਾਂ। ਅਸੀਂ ਹਰ ਸਾਲ ਦੇਖਦੇ ਹਾਂ ਕਿ ਕਿਵੇਂ ਇੱਥੇ ਸੰਗਤਾਂ ਵੱਡੀ ਗਿਣਤੀ ਪਹੁੰਚਦੀਆਂ ਨੇ, ਔਰ ਇੰਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ, ਕਿਉਂਕਿ ਖੁਸ਼ੀਆਂ ਦਾ ਤਿਉਹਾਰ ਹੈ ਤਾਂ ਜਦੋਂ ਘਰ ਦੇ ਵਿੱਚ ਕੋਈ ਖੁਸ਼ੀ ਹੁੰਦੀ ਹੈ ਤਾਂ ਉਦੋਂ ਵੰਨ ਸੁਵੰਨੇ ਪਕਵਾਨ ਬਣਾਏ ਜਾਂਦੇ, ਉਸੇ ਤਰ੍ਹਾਂ ਜਦੋਂ ਹੋਲਾ ਮੁਹੱਲਾ ਖੁਸ਼ੀਆਂ ਦਾ ਤਿਉਹਾਰ ਆਇਆ ਤਾਂ ਵੰਨ ਸੁਵੰਨੇ ਪਕਵਾਨ ਇੱਥੇ ਤਿਆਰ ਕੀਤੇ ਜਾਂਦੇ ਨੇ, ਲੰਗਰ ਸੰਗਤਾਂ ਨੂੰ ਛਕਾਏ ਜਾਂਦੇ ਨੇ, ਔਰ ਸੰਗਤਾਂ ਇੱਥੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ, ਸੇਵਾ ਕਰਦੀਆਂ ਨੇ। ਔਰ ਇੱਕ ਵੱਡੀ ਸੇਵਾ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ 500 ਕਮਰਿਆਂ ਦੀ ਸਰਾਂ, ਔਰ ਇਹ ਸਧਾਰਨ ਸਰਾਂ ਨਹੀਂ, 500 AC ਕਮਰੇ ਨੇ, ਔਰ ਜਿਹੜਾ ਪਿਛਲੇ ਦਿਨ ਹੀ ਉਦਘਾਟਨ ਕੀਤਾ ਗਿਆ 40 ਤੋਂ ਵੱਧ ਕਮਰੇ ਜਿਹੜੇ ਨੇ ਉਹ ਸੰਗਤ ਦੀ
ਸੇਵਾ ਦੇ ਵਿੱਚ ਹਾਜ਼ਰ ਕਰ ਦਿੱਤੇ ਗਏ ਨੇ। ਤੁਹਾਨੂੰ ਦਿਖਾ ਵੀ ਦਿੰਦੇ ਹਾਂ ਕਿ ਇੱਕ ਤਸਵੀਰ ਦੇ ਰਾਹੀਂ ਕਮਰਾ ਦਿਖਾਉਣ ਦੀ ਕੋਸ਼ਿਸ਼ ਕਿ ਕਿਸੇ 5-star ਹੋਟਲ ਦੇ ਕਮਰੇ ਵੀ ਸ਼ਾਇਦ ਅਜਿਹੇ ਨਹੀਂ ਹੋਣੇ ਜਿਸ ਤਰ੍ਹਾਂ ਦੇ ਕਮਰੇ ਸੰਗਤ ਦੇ ਲਈ ਤਿਆਰ ਕੀਤੇ ਗਏ ਨੇ। ਇਸ ਤਰ੍ਹਾਂ ਦੇ ਕਮਰੇ ਤੁਸੀਂ ਇਹ ਤਸਵੀਰਾਂ ਦੇਖੋ, ਇਹ ਇੱਕ ਸਰਾਂ ਦੇ ਕਮਰੇ ਨੇ, ਤਾਂ ਜਿੱਥੇ ਕਹਿੰਦੇ ਕਿ ਗੁਰੂ ਦੀ ਮਿਹਰ ਹੋ ਜੇ ਕੋਈ ਕਮੀ ਨਹੀਂ ਰਹਿੰਦੀ, ਜਦੋਂ ਗੁਰੂ ਬਖਸ਼ਿਸ਼ ਕਰਦਾ ਤਾਂ ਕਿਸੇ ਕਿਸਮ ਦੀ ਕਮੀ ਨਹੀਂ ਰਹਿੰਦੀ। ਤਾਂ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਦੇ ਵਿੱਚ ਇਸ ਤਰ੍ਹਾਂ ਦੇ ਕਮਰੇ ਜਿਹੜੇ ਆ ਉਹ ਤਿਆਰ ਕੀਤੇ ਜਾ ਰਹੇ ਨੇ। 500 ਕਮਰਿਆਂ ਦਾ ਟਾਰਗੇਟ ਹੈ। ਜਿਵੇਂ ਲੱਖਾਂ ਦੀ ਗਿਣਤੀ 'ਚ ਸੰਗਤ ਜਿਹੜੀ ਹੈ ਉਹ ਪਹੁੰਚ ਰਹੀ ਹੈ, ਤਾਂ ਉਹਨਾਂ ਦੇ ਆਉਣ 'ਤੇ ਉਸੇ ਤਰ੍ਹਾਂ ਵੱਡੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ, ਤਾਂ ਕਿ ਸੰਗਤ ਇੱਥੇ ਆ ਕੇ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ, ਕੋਈ ਦਿੱਕਤ ਨਾ ਆਵੇ, ਔਰ ਸੰਗਤ ਖੁਸ਼ੀ ਖੁਸ਼ੀ ਦਰਸ਼ਨ ਦਿਦਾਰੇ ਕਰਕੇ ਆਪਣੇ ਘਰਾਂ ਨੂੰ ਖੁਸ਼ੀ ਖੁਸ਼ੀ ਵਾਪਸ ਪਰਤੇ। ਤਾਂ ਖੁਸ਼ੀਆਂ ਖੇੜਿਆਂ ਦਾ ਤਿਉਹਾਰ ਹੈ, ਹੋਲਾ ਮੁਹੱਲਾ, ਖਾਲਸਾਈ ਜਾਹੋ ਜਲਾਲ ਦੇਖਣ ਆਉਂਦੀਆਂ ਨੇ ਸੰਗਤਾਂ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਨੇ। ਤਾਂ ਅਜਿਹੇ ਦੇ ਵਿੱਚ ਇਹਨਾਂ ਸੰਗਤਾਂ ਦੇ ਲੰਗਰ ਅਤੇ ਰਹਿਣ ਦੇ ਪ੍ਰਬੰਧ ਜਿਹੜੇ ਨੇ ਉਸੇ ਤਰ੍ਹਾਂ ਵੱਖ ਵੱਖ ਸੰਸਥਾਵਾਂ ਦੇ ਵੱਲੋਂ ਕੀਤੇ ਜਾਂਦੇ ਨੇ। ਕੈਮਰਾਮੈਨ ਜਤਿੰਦਰ ਸਿੰਘ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਸ਼੍ਰੀ ਅਨੰਦਪੁਰ ਸਾਹਿਬ।